अमृतसर की बला मंडी विच पार्किंग दे ठेके नू लैके दो पार्टियां आमो सामने हो गई। माहौल इन्ना गर्म हो गया कि लोगों नू मौके ते पुलिस नू बुलाना पिया। जानकारी मुताबिक बला मंडी विच पार्किंग दे ठेके नू लैके दोवें पार्टियां आमो सामने हो गई सन। इस दौरान एक पार्टी का कहना है कि कांग्रेसी वर्कर धक्केशाही नाल उन्हां तों ठेका खोहण दी कोशिश कर रहे हैं। इतना जी अपने कोलों साल हो गया वा कोरोना दे टाइम साडे कोल ठेका जी, ते अज दूजी पार्टी जिहड़ी कोई आ के साडे ते कब्जा करन दी कोशिश कीती उन्हां ने। ਕਬਜ਼ਾ ਉਹ ਇੱਕ ਚੇਅਰਮੈਨ ਦੀ ਪਾਰਟੀ ਹੈ ਜੀ, ਕੋਈ ਆਪਣਾ ਇਹ ਜਿਹੜੇ ਪੱਪਲ ਚੇਅਰਮੈਨ ਦੀ ਕੋਈ ਪਾਰਟੀ ਆ, ਉਹ ਆਣ ਕੇ ਸਾਡੇ 'ਤੇ ਜਬਰਨੀ ਕਬਜ਼ਾ ਕਰਨਾ ਚਾਹੁੰਦੀ, ਕਿਉਂਕਿ ਆਪਾਂ ਨੂੰ 11 ਮਹੀਨੇ ਹੋ ਗਏ ਆ ਕੋਵਿਡ-19 ਦੇ ਵਿੱਚ ਆਪਣੀਆਂ ਜਾਨਾਂ ਹਥੇਲੀ 'ਚ ਰੱਖ ਕੇ, ਅਤੇ ਅਸੀਂ ਇਹ ਮੰਡੀ ਦੇ ਵਿੱਚ ਠੇਕਾ ਚਲਾਇਆ। ਕੋਈ ਸਾਰੇ ਜਣੇ ਭੱਜਦੇ ਸੀ ਇੱਥੋਂ ਕਿ ਆਪਾਂ ਨਹੀਂ ਚਲਾਉਣਾ, ਆਪਣੇ ਸਾਰੇ ਠੇਕੇਦਾਰ ਪੁਰਾਣੇ ਠੱਗੀਆਂ ਮਾਰ ਕੇ ਭੱਜ ਗਏ। ਅਸੀਂ ਚਲਾਇਆ, ਹੁਣ 1-1.5 ਮਹੀਨਾ ਰਹਿ ਗਿਆ ਵਾ, ਅਤੇ ਸਾਨੂੰ 2-3 ਮਹੀਨੇ ਤੋਂ ਉਹਨੇ ਸਾਨੂੰ ਪਰੇਸ਼ਾਨ ਕੀਤਾ ਆ। ਅਨੁਭਵ ਪੱਪਲ ਨੇ 2-3 ਮਹੀਨੇ ਸਾਨੂੰ ਪਰੇਸ਼ਾਨ ਕੀਤਾ ਹੋਇਆ, ਔਰ ਸਾਡੇ ਕੋਲੋਂ ਭਾਅ ਜੀ ਪੈਸੇ ਦਿਨਵਾਣਾ ਵੀ ਕਰਦਾ। ਹੁਣ ਜੇ ਅਸੀਂ ਨਹੀਂ ਕਰ ਸਕਦੇ ਤਾਂ ਹੁਣ ਕਬਜ਼ਾ ਕਰਦਾ ਆ ਗਿਆ। ਨਹੀਂ ਕੀ ਗੱਲ ਬੋਲੀ ਤੁਹਾਡੀ ਮਾਰਚ 'ਚ ਹੁੰਦੀ ਹੈ ਜੀ ਠੇਕੇ ਦੀ? ਹਾਂਜੀ ਹਾਂਜੀ, 31 ਮਾਰਚ ਤੋਂ ਬਾਅਦ ਹੁੰਦੀ ਜੀ। ਇਹ ਪਹਿਲਾਂ ਹੀ ਆ ਗਏ ਜੀ, ਇਹ ਟ੍ਰੈਂਡਿੰਗ ਹੋਈ ਨਹੀਂ, ਕੋਈ ਕਾਗਜ਼ ਨਹੀਂ ਇਹਨਾਂ ਕੋਲ, ਪੱਤਰ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਕੀ ਕਾਂਗਰਸ ਦੀ ਸ਼ਹਿ? ਸਾਨੂੰ ਪਰੇਸ਼ਾਨ ਕਰਦੇ, ਬਿਲਕੁਲ ਜੀ ਬਿਲਕੁਲ, ਇੱਕ ਸ਼ਹਿ ਹੀ ਹੈਗੀ, ਤਾਂ ਹੀ ਤਾਂ ਇਹ ਕੰਮ ਕਰਦਾ ਪਿਆ। ਕਿਹਦੀ ਸਰਕਾਰ ਦੀ ਸ਼ਹਿ ਹੈਗੀ ਇਹ ਜੀ? ਵੇਖੋ ਜੀ, ਮੇਰੀ ਗੱਲ ਨਹੀਂ ਸੁਣਦੇ, ਕਾਂਗਰਸ ਨੇ ਪੱਪਲ ਦੀ ਸ਼ਹਿ ਦੀ, ਹੋਰ ਕਿਹਦੀ ਸ਼ਹਿ ਹੈਗੀ ਆ? ਬਿਲਕੁਲ ਜੀ ਬਿਲਕੁਲ। ਅਸੀਂ ਇਹੀ ਮੰਗ ਰਹੇ, ਸਾਨੂੰ ਇਨਸਾਫ ਦਿੱਤਾ ਜਾਏ ਜੀ। ਕੋਰੋਨਾ ਦੇ ਵਿੱਚ ਅਸੀਂ ਇੰਨਾ ਕਸ਼ਟ ਕੱਟਿਆ, ਤੇ ਹੁਣ ਇੱਕ ਮਹੀਨਾ ਰਹਿ ਗਿਆ। ਹਾਂਜੀ, ਠੇਕਾ ਜੀ ਪੱਪਲ ਚੇਅਰਮੈਨ ਦੇ ਬੰਦਿਆਂ ਨੂੰ ਦਿੱਤਾ ਜਾ ਰਿਹਾ। ਉਹ ਪਾਰਟੀ ਦਾ ਨਾਂ ਤਾਂ ਨਹੀਂ ਮੈਨੂੰ ਪਤਾ ਜੀ, ਉਹ 2 ਬੰਦੇ ਹੈਗੇ ਉਹਨਾਂ ਦੇ, ਕੋਈ ਪੱਪਲ ਦੇ ਖਾਸ ਚੇਅਰਮੈਨ ਦੇ ਆਪਣੇ, ਹਾਂ ਆਪਣੇ ਕੋਈ ਖਾਸ ਬੰਦੇ ਹੈਗੇ ਆ। ਹੁਣ ਕੀ ਮੰਗ ਕਰਦੇ ਤੁਸੀਂ? ਅਸੀਂ ਇਹੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਸਾਨੂੰ ਅੱਗੇ ਘੱਟੋ ਘੱਟ 50 ਲੱਖ ਦਾ ਘਾਟਾ ਪਿਆ ਜੀ, ਤੇ ਸਾਡਾ ਘਾਟਾ ਹੀ ਨਹੀਂ ਪੂਰਾ ਹੋਣ ਡਿਆ ਕੋਰੋਨਾ ਵਿੱਚ। ਜੇ ਦੂਸਰੀ ਪਾਰਟੀ ਨੂੰ ਕਬਜ਼ਾ ਦਿੱਤਾ ਜਾਂਦਾ ਤੁਹਾਡੇ ਵੱਲੋਂ ਕੀ ਵਿਰੋਧ ਕੀਤਾ ਜਾਏਗਾ? ਅਸੀਂ ਪੂਰਾ ਵਿਰੋਧ ਕਰਾਂਗੇ ਜੀ। ਹਾਂਜੀ ਹਾਂਜੀ, ਅਸੀਂ ਧਰਨੇ ਦੇਵਾਂਗੇ ਜੀ। ਹਾਂਜੀ, ਦਿੱਤਾ ਜਾਏਗਾ ਤੁਹਾਡੇ ਵੱਲੋਂ? ਨਹੀਂ, ਅਸੀਂ ਤਾਂ ਜਦੋਂ ਤੱਕ ਤੁਹਾਡੀ ਜਾਣ, ਅਸੀਂ ਤਾਂ ਨਹੀਂ ਕਬਜ਼ਾ ਦਿੰਦੇ। ਜੇ ਧੱਕਾ ਕਰਦੇ ਫਿਰ ਕੀ ਕਰੋਗੇ? ਅਸੀਂ ਬਿਲਕੁਲ 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 ਠੀਕ ਹੈ ਠੀਕ। ਇਹ ਮੰਡੀ ਦੇ ਵਿੱਚ ਕੋਈ ਠੇਕੇ ਦੀ ਨਿਲਾਮੀ ਸਿਸਟਮ ਦਾ ਸੀਗਾ? ਇੱਕ ਪੁਰਾਣਾ ਗਰੁੱਪ ਹੈ, ਕੋਈ ਇੱਕ ਨਵਾਂ ਗਰੁੱਪ ਹੈ, ਅਤੇ ਇੱਕ ਗਰੁੱਪ ਕੋਲ ਪਹਿਲਾਂ ਠੇਕੇ ਚੱਲਦੇ ਆ, ਦੂਜੇ ਗਰੁੱਪ ਨੂੰ ਠੇਕੇ ਮਿਲੇ ਨਹੀਂ ਮਿਲੇ ਮੈਨੂੰ ਨਹੀਂ ਪਤਾ, ਅਤੇ ਉਹ ਚਾਰਜ ਲੈਣ ਦੇਣ ਦਾ ਪੰਗਾ ਸੀਗਾ, ਅਤੇ ਦੋਨਾਂ ਧਿਰਾਂ ਵੱਲੋਂ ਕਾਫੀ ਮੁੰਡੇ ਇਕੱਠੇ ਹੋਏ ਸੀਗੇ, ਅਤੇ ਜਦੋਂ ਮੈਨੂੰ ਇਤਲਾਹ ਮਿਲੀ ਕਿਤੇ, ਅਤੇ ਮੈਂ ਇੱਥੇ ਆਇਆ ਸਰਦਾਰ ਸਿਕੰਦਰ ਸਿੰਘ ਜੀ ਮਾਰਕੀਟ ਕਮੇਟੀ ਤੋਂ, ਅਤੇ ਇਹਨਾਂ ਸਟਾਫ ਬੁਲਾਇਆ, ਅਤੇ ਮੈਂ ਪੁੱਛਿਆ ਕੀ ਗੱਲ ਹੈ? ਕਹਿੰਦੇ ਵੀ ਆਹ ਠੇਕੇਦਾਰ ਪੁਰਾਣੇ ਨੇ, ਇਹ ਨਵੇਂ ਨੇ, ਅਤੇ ਮੈਂ ਕਿਹਾ ਵੀ ਜੋ ਇਹਨਾਂ ਦਾ ਹੈਗਾ ਤੁਸੀਂ ਤੁਹਾਡਾ ਡਿਸੀਜਨ, ਸਾਡਾ ਦੇ 'ਚ ਕੋਈ ਡਿਸੀਜਨ ਨਹੀਂ, ਪੁਲਿਸ ਦਾ ਬਹਿ ਕੇ ਮੁਕਾ ਲਓ। ਇਹਨਾਂ ਨੇ ਮੇਰੇ ਸੈਕਟਰੀ ਸਾਹਿਬ ਨਾਲ ਗੱਲ ਕਰਾਈ ਹੈ, ਜਿਹੜੇ ਇਹਨਾਂ ਦੇ ਮੰਡੀ ਮਾਰਕੀਟ ਕਮੇਟੀ ਦੇ ਸੈਕਟਰੀ ਨੇ, ਉਹਨਾਂ ਨੇ ਮੇਰੀ ਗੱਲ ਹੋਈ, ਉਹਨਾਂ ਕਿਹਾ ਦੋਨੇ ਪਾਰਟੀਆਂ 4 ਵਜੇ ਮੇਰੇ ਆਫਿਸ ਆ ਜਾਣ, ਉੱਥੇ ਅਸੀਂ ਬਹਿ ਕੇ ਜੋ ਵੀ ਹੈਗਾ ਫਾਈਨਲ ਕਰ ਲਾਂਗੇ, ਅਤੇ ਦੋਨੋਂ ਪਾਰਟੀਆਂ ਤੋਂ ਮੂਵ ਕਰਾ ਦਿੱਤਾ ਗਿਆ। ਬਸ ਕੋਈ ਬਹਿਸ ਬਤਾਈ ਦੀ ਨਹੀਂ? ਨਾ ਨਾ ਨਾ, ਕੋਈ ਗੱਲ ਹੀ ਨਹੀਂ ਜੀ, ਬੜੇ ਐਮੀਗੇਬਲੀ ਪਿਆਰ ਮੁਹੱਬਤ ਨਾਲ ਸਾਰੇ। 1 ਮਹੀਨਾ ਦੇ ਰਹਿ ਗਿਆ, 31 ਤਰੀਕ ਨੂੰ ਕਿੰਨਾ ਇਹ ਭਾਈ ਮਾਰਕੀਟ ਕਮੇਟੀ ਪਤਾ ਹੋਗਾ ਠੇਕੇ ਮੈਂ ਥੋੜ੍ਹਾ ਅਲਾਟ ਕਰਦਾ ਵਾਂ, ਇਹਦਾ ਹਿਸਾਬ ਤਾਂ ਮੇਰੇ ਕੋਲ ਨਹੀਂ ਹੁੰਦਾ, ਮੇਰੇ ਕੋਲ ਤਾਂ ਲਾ ਐਂਡ ਆਰਡਰ ਦਾ ਹਿਸਾਬ ਤਾਂ ਹੈ। ਮੈਨੂੰ ਪਤਾ ਲੱਗਾ ਦੋਨੋਂ ਗਰੁੱਪ ਇਕੱਠੇ ਹੋਏ ਨੇ, ਅਤੇ ਆਪਾਂ ਦੋਵੇਂ ਆਰਡਰ ਕਰਤੇ ਨੇ, ਭੇਜ ਦਿੱਤੇ ਨੇ ਸੈਕਟਰੀ ਸਾਹਿਬ ਨਾਲ ਗੱਲ ਹੋਈ, 4 ਵਜੇ ਮਾਰਕੀਟ ਕਮੇਟੀ ਇਹਨਾਂ ਨੇ ਇਕੱਠੇ ਹੋਣਾ, ਹੁਣ ਉੱਥੇ ਜੋ ਮਾਰਕੀਟ ਕਮੇਟੀ ਫੈਸਲਾ ਕਰੇਗੀ ਉਹ ਇੰਪਲੀਮੈਂਟ ਹੋਣਾ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਟਰੂ ਸਕੂਪ।